ਸਸ਼ੀਕਾਲ ਜੀ ਸਵਾਗਤ ਆ ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਸਵੇਰ ਦੀ ਸਸ਼ੀਕਾਲ ਜੀ ਸਵਾਗਤ ਆ ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਸਵੇਰ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਐਨਆਈਏ ਨੇ ਪੰਜਾਬ ਦੇ ਦੋ ਮਸ਼ਹੂਰ ਪੰਜਾਬੀ ਗਾਇਕਾਂ ਦੇ ਘਰ ਤੇ ਰੇਡ ਕੀਤੀ ਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਸਿੰਘ ਬਾਬਾ ਅਤੇ ਕਨਵਰ ਗਰੇਵਾਲ ਦੇ ਘਰ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਵਿੱਚ ਜਿਹੜੀ ਰਹਾਇਸ਼ ਆ ਰਣਜੀਤ ਬਾਵੇ ਦੀ ਉੱਥੇ ਸਵੇਰ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਗਈ ਆ ਔਰ ਕਨਵਰ ਗਰੇਵਾਲ ਦੀ ਜਿਹੜਾ ਦਫ਼ਤਰ ਆ ਮੋਹਾਲੀ ਦੇ ਵਿੱਚ ਉੱਥੇ ਵੀ ਰੇਡ ਕੀਤੀ ਗਈ ਆ ਕਿਉਂਕਿ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਮਰਹੂਮ ਗਾਇਕ ਸਬਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਜੋ ਕਤਲ ਕੀਤਾ ਗਿਆ ਸੀ ਉਸਦੇ ਪਿਤਾ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੋ ਪੰਜਾਬੀ 뮤직 ਇੰਡਸਟਰੀ ਆ ਜੋ ਪੰਜਾਬੀ ਫਿਲਮ ਇੰਡਸਟਰੀ ਆ ਇਸ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਗੂੜਾ ਸਬੰਧ ਹੈ ਕਿਉਂਕਿ ਜਿਹੜੀ ਪੰਜਾਬੀ 뮤직 ਇੰਡਸਟਰੀ ਜਿਹੜੀ ਫਿਲਮ ਇੰਡਸਟਰੀ ਆ ਇਹਨਾਂ ਦੇ ਨਾਲ ਸਬੰਧ ਆ ਇਹਨਾਂ ਦੇ ਕਹਿਣ ਤੇ ਹੀ ਫਿਲਮਾਂ ਬਣਦੀਆਂ ਨੇ ਤਾਂ ਕਈ ਵੱਡੇ ਜਿਹੜੇ ਸਵਾਲ ਖੜੇ ਕੀਤੇ ਜੇ ਤੁਸ ਨੂੰ ਦੇਖਦੇ ਹੋ ਇਹ ਲਗਾਤਾਰ ਪੰਜਾਬ ਪੁਲਿਸ ਔਰ ਜਿਹੜੀ ਸੈਂਟਰ ਦੀ ਸਰਕਾਰਾ ਲਗਾਤਾਰ ਇਸ ਦੀ ਜਾਂਚ ਵਿਰੀਕੀ ਦੇ ਨਾਲ ਕਰ ਰਹੀ ਆ ਹਾਲਾਂਕਿ ਤੁਹਾਨੂੰ ਦੱਸ ਦਈਏ ਜਿਹੜਾ ਸਿੱਧੂ ਮੂਸੇ ਦਾ ਕਤਲ ਕਰਨ ਦਾ ਜਿਹੜਾ ਮੁੱਖ ਦੋਸ਼ੀਆ ਗੋਲਡੀ ਬਰਾੜ ਦੱਸਿਆ ਯਾਰ ਹੈ ਮਾਸਟਰਮਾਈਂਡ ਉਸਤੇ ਵੀ ਰੈੱਡ ਨੋਡ ਜਾਰੀ ਕਰ ਦਿੱਤਾ ਗਿਆ ਪਰ ਉੱਥੇ ਹੀ ਹੁਣ ਪੰਜਾਬ ਦੇ ਜਿਹੜੇ ਮਸ਼ਹੂਰ ਗਾਇਕ ਨੇ ਕਿਉਂਕਿ ਬੀਤੇ ਦਿਨੀ ਤੁਹਾਨੂੰ ਦੱਸ ਦਈਏ ਮਲਕੀਰਤ ਆਲਕਰ ਬੱਬੂ ਮਾਨ ਤੋਂ ਵੀ ਪੁੱਛਗਿੱਤੀ ਕੀਤੀ ਗਈ ਸੀ ਮਾਨਸੇ ਦੀ ਐਸਆਈਟੀ ਵੱਲੋਂ ਔਰ ਹੁਣ ਤੁਹਾਨੂੰ ਦੱਸ ਦਈਏ ਐਨਆਈਏ ਨੇ ਅੱਜ ਰੇਡ ਕੀਤੀ ਹੈ ਸਵੇਰ ਤੋਂ ਹੀ ਇੱਕ ਬਠਿੰਡੇ ਦੇ ਵਿੱਚ ਜਿਹੜਾ ਰਣਜੀਤ ਬਾਵਾ ਦਾ ਆ ਜੋ ਪੀਏ ਆ ਉਹਦੇ ਘਰ ਤੇ ਵੀ ਰੇਡ ਕੀਤੀ ਜਾ ਰਹੀ ਆ ਮੋਹਾਲੀ ਦੇ ਵਿੱਚ ਕਨਵਰ ਗਰੇਵਾਲ ਦੇ ਦਫ਼ਤਰ ਦੇ ਘਰ ਰੇਡ ਕੀਤੀ ਜਾ ਰਹੀ ਆ ਰਣਜੀਤ ਬਾਵਾ ਦੀ ਜਿਹੜੀ ਰਹਾਇਸ਼ ਆ ਉੱਥੇ ਵੀ ਰੇਡ ਕੀਤੀ ਗਈ ਆ ਕਿਉਂਕਿ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਬੰਧ ਆ ਪੰਜਾਬੀ ਗਾਇਕਾਂ ਦਾ ਇਹਨਾਂ ਦਾ ਸਬੰਧ ਗੈਂਗਸਟਰਾਂ ਦੇ ਨਾਲ ਆ ਜਿਸ ਨੂੰ ਦੇਖਦੇ ਹੋਏ ਲਗਾਤਾਰ ਹੁਣ ਪੰਜਾਬ ਪੁਲਿਸ ਵੀ ਕਈ ਲਗਾਤਾਰ ਸੁਭਾਲਾਂ ਦੇ ਘੇਰੇ ਵਿੱਚ ਨਜ਼ਰ ਆ ਰਹੀ ਸੀ ਉੱਥੇ ਹੀ ਹੁਣ ਜਿਹੜੀ ਅਹਿਮ ਖਬਰ ਆ ਰਹੀ ਆ ਕਿ ਸਵੇਰ ਤੋਂ 8 ਵਜੇ ਦੇ ਕਰੀਬ ਤੋਂ ਹੀ ਰਣਜੀਤ ਸਿੰਘ ਬਾਬਾ ਦਾ ਦਫ਼ਤਰ ਆ ਜਿਹੜਾ ਉੱਥੇ ਪੁੱਛਿਤ ਕੀਤੀ ਜਾ ਰਹੀ ਆ ਪੀਏ ਤੋਂ ਬਠਿੰਡੇ ਜਿਹੜਾ ਉਹਦੀ ਰਹਿਸ ਆ ਉੱਥੇ ਪੁੱਛਿਤ ਕੀਤੀ ਜਾ ਰਹੀ ਹੈ ਮਹਾਲੀ ਦੇ ਚਾਰ ਫੇਸ ਦੇ ਵਿੱਚ ਜੋ ਕਨਵਰ ਗਰਿਆਲ ਦਾ ਦਫਤਰ ਆ ਉਥੋਂ ਪੁੱਛਗਿੱਛ ਕੀਤੀ ਜਾ ਰਹੀ ਆ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਸੂਤਰਾਂ ਮੁਤਾਬਕ ਕਿ ਕਨਵਰ ਗਰਿਆਲ ਤੋਂ ਐਨਆਈ ਦੇ ਜਿਹੜੇ ਆਫੀਸਰ ਨੇ ਉਹ ਸਾਹਮਣੇ ਵਹਿ ਕੇ ਪੁੱਛਗਿੱਛ ਕਰ ਰਹੇ ਨੇ ਕਿਸ ਬਾਬਤ ਕੀਤੀ ਜਾ ਰਹੀ ਹੈ ਪਰ ਜੋ ਸਾਹਮਣੇ ਆਇਆ ਹੈ ਸੂਤਰਾਂ ਮੁਤਾਬਕ ਇਹ ਖਬਰ ਹੈ ਕਿ ਗੈਂਗਸਟਰਾਂ ਦਾ ਜੋ ਪੰਜਾਬੀ 뮤직 ਇੰਡਸਟਰੀ ਨਾਲ ਸੰਬੰਧ ਆ ਜਦੋਂ ਉਹਨਾਂ ਨੂੰ ਜਿਹੜੇ ਪੈਸੇ ਮੰਗੇ ਜਾਂਦੇ ਨੇ ਗੈਂਗਸਟਰਾਂ ਮੰਗਦੇ ਨੇ ਪੰਜਾਬੀ 뮤직 ਦੇ ਜਿਹੜੇ ਸੁਪਰਸਟਾਰ ਨੇ ਜਿਹੜੇ ਮਸ਼ਹੂਰ ਗਾਇਕ ਨੇ ਭਾਵੇਂ ਕਿ ਉਹਨਾਂ ਤੋਂ ਲਗਾਤਾਰ ਫਰੋਤੀ ਵੀ ਮੰਗੀਆਂ ਜਾ ਰਹੀਆਂ ਨੇ ਉਹ ਹਾਲਾਂਕਿ ਪੁਲਿਸ ਨੂੰ ਇਸ ਬਾਬਤ ਗਲਵਾਤ ਨਹੀਂ ਕਰਦੇ ਪਰ ਉੱਥੇ ਹੀ ਹੁਣ NIA ਇਸ ਮਾਮਲੇ ਦੀ ਵਰੀਕੀ ਨਾ ਜਾਂਚ ਕਰ ਰਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਿੰਨਾ ਕੁ ਤਾਲੁਕਾਤ ਆ ਗੈਂਗਸਟਰਾਂ ਦਾ ਕਿੰਨਾ ਕੁ ਸਬੰਧ ਆ ਉੱਥੇ ਹੀ ਹੁਣ ਅੱਜ ਰਣਜੀਤ ਬਾਵਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਉਸਤੇ ਪੀਏ ਤੋਂ ਪੁੱਛਗਿੱਛ ਕੀਤੀ ਜਾਏ ਰਣਜੀਤ ਬਾਵਾ ਜੋ ਉਹ ਪ੍ਰਦੇਸ਼ ਦੱਸਿਆ ਜਾ ਰਿਹਾ ਹੈ ਵਿਦੇਸ਼ ਦੱਸਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਦੇ ਵਿੱਚ ਹੈ ਪਰ ਉਸ ਦੇ ਘਰ ਦੇ ਵਿੱਚ ਚਾਰ ਟਿਕਾਣਿਆਂ ਤੇ ਰੇਡ ਹੋ ਰਹੀ ਹੈ ਇੱਕ ਤਾਂ ਬਠਿੰਡੇ ਲੁਧਿਆਣਾ ਔਰ ਜਿਹੜਾ ਮੋਹਾਲੀ ਦੇ ਵਿੱਚ ਦਫਤਰ ਆ ਚੰਡੀਗੜ੍ਹ ਦੇ ਵਿੱਚ ਜਿਹੜੀ ਰਾਹਸਾ ਰਣਜੀਤ ਭੱਜ ਦੀ ਉਥੇ ਜੋ ਉਸ ਦੇ ਕਾਗਜ਼ਾਤ ਔਰ ਘਰ ਦੇ ਵਿੱਚ ਜੋ ਵੀ ਅਫਸਰਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਕਨਵਰ ਗਰੇਆਲਾ ਉਸ ਦੇ ਘਰ ਤੇ ਵੀ ਰੇਡ ਹੋਈ ਆ ਹਾਲਾਂਕਿ ਜਿਹੜਾ ਦਫਤਰ ਆ ਮੋਹਾਲੀ ਦੇ ਵਿੱਚ ਉੱਥੇ ਜਿਹੜਾ ਸਟਾਫ ਆ ਉਸ ਤੋਂ ਪੁੱਛਗਿੱਤੀ ਕੀਤੀ ਜਾ ਰਹੀ ਹੈ ਹੁਣ ਪੰਜਾਬੀ 뮤직 ਇੰਡਸਟਰੀ ਨੂੰ ਲੈ ਕੇ ਲਗਾਤਾਰ ਸੁਰਖੀਆਂ ਆ ਰਹੀਆਂ ਸੀ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਬਦਮਾਸ਼ ਨੇ ਇਹਨਾਂ ਦਾ ਜਿਹੜਾ ਸਿੱਕਾ ਚੱਲਦਾ ਇਹਨਾਂ ਦੇ ਵੱਲੋਂ ਹੀ ਗੀਤ ਗਵਾਏ ਜਾਂਦੇ ਨੇ ਜਿਸ ਨੂੰ ਦੇਖਦੇ ਹੋਏ ਆਸੋ ਹੁਣ NIA ਅੱਦੇ ਹੁਣ ਸਕੰਜਾ ਕਾਸਲੇ ਰੈਡਾਰ ਤੇ ਨਹੀਂ ਪੰਜਾਬੀ 뮤직 ਇੰਡਸਟਰੀ ਦੇ ਹੋਰ ਵੀ ਸੂਤਰਾ ਮਦਬ ਕੇ ਵੀ ਖਬਰ ਸਾਹਮਣੇ ਆ ਰਹੇ ਕਿ ਬੀਤੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵੱਡੇ ਵੱਡੇ ਮਸ਼ਹੂਰ ਗਾਇਕ ਨੇ ਉਹਨਾਂ ਤੋਂ ਵੀ ਪੁਤਕਿਤ ਕੀਤੀ ਜਾ ਰਹੀ ਹੈ ਕਿਉਂਕਿ ਜੋ ਤੁਹਾਨੂੰ ਦੱਸਤੀ ਬੀਤੇ ਦਿਨਾਂ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇ ਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਦੇਖਦੋ ਹੈ ਲਗਾਤਾਰ ਇਸ ਮਾਮਲੇ ਤੇ ਸਾਰੇ ਭਾਰਤ ਦੀਆਂ ਨਿਗ੍ਹਾਵਾਂ ਹਨ ਕਿ ਇਸ ਮਾਮਲੇ ਦੀ ਕਿਸ ਨੇ ਇਹ ਐਡੇ ਵੱਡੇ ਸੁਪਰਸਟਾਰ ਦਾ ਜੋ ਕਤਲ ਕਰ ਦਿੱਤਾ ਗਿਆ ਸੀ ਕਿਉਂ ਗੈਂਗਸਟਰ ਨਾਲ ਇਹਨਾਂ ਦੇ ਸੰਬੰਧ ਦੱਸੇ ਜਾ ਰਹੇ ਜਿਸ ਨੂੰ ਦੇਖਦੇ ਲਗਾਤਾਰ ਇਸ ਮਾਮਲੇ ਦੀ ਤਫ਼ਤੀਸ਼ ਹੋ ਰਹੀ ਹੈ ਜਾਂਚ ਹੋ ਰਹੀ ਹੈ ਹਾਲਾਂਕਿ 7 ਮਹੀਨੇ ਹੋ ਚੁੱਕੇ ਨੇ ਗਾਇਕਾਂ ਤੋਂ ਪੁੱਛਗਿੱਤੀ ਹੋ ਰਹੀ ਹੈ ਹਾਲਾਂਕਿ ਉਹਦੀ ਜੋ ਮੂੰ ਬੋਲੀ ਪੈਣ ਅਫਸਾਨਾ ਖਾਨ ਤੋਂ ਪੁੱਛਗਿੱਤੀ ਹੋ ਚੁੱਕੀ ਹੈ ਜੌਨੀ ਜੋਹਲ ਤੋਂ ਪੁੱਛਗਿੱਤੀ ਹੋ ਚੁੱਕੀ ਹੈ ਮਲਕੀਰਤ ਆਲਖ ਅਤੇ ਬੱਬੂ ਮਾਨ ਤੋਂ ਪਰ ਹੁਣ ਐਨਆਈ ਨੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਕਈ ਮਸ਼ਹੂਰ ਗਾਇਕਾਂ ਜੋ ਰਿਡਾਰ ਤੇ ਨੇ ਪੰਜਾਬ ਦੇ ਜਿਹੜੇ ਨਾਮਵਰ ਗਾਇਕ ਨੇ ਉਹਨਾਂ ਦੇ ਘਰਾਂ ਤੇ ਹੁਣ ਰੇਡ ਹੋਵੇਗੀ ਪਰ ਜਿਹੜੀ ਅੱਜ ਸਵੇਰ ਤੋਂ ਰੇਡ ਚੱਲ ਰਹੀ ਆ ਰਣਜੀਤ ਬਾਵਾ ਦੇ ਘਰ ਦੇ ਵਿੱਚ ਰੇਡ ਹੋ ਰਹੀ ਹੈ ਤੇ ਕਨਵਰ ਗਰੇਵਾਲ ਦੇ ਘਰ ਦੇ ਵਿੱਚ ਸਵੇਰ ਤੋਂ ਹੀ ਐਨਆਈ ਦੀ ਟੀਮ ਜਾਂਚ ਕਰ ਰਹੀ ਹੈ